ਸਭ ਤੋਂ ਪਹਿਲਾਂ ਤਾਂ ਬੜਾ ਦੁੱਖ ਹੈ ਕਿ 1984 ਤੋਂ ਲੈ ਕੇ ਅੱਜ ਤੱਕ ਦੇਸ਼ ਦੇ ਕਿਸੇ ਵੀ ਸ਼ਹਿਰ ਵਿੱਚ, ਭਾਵੇਂ ਉਹ ਦਿੱਲੀ ਹੈ, ਭਾਵੇਂ ਉਹ ਕਾਨਪੁਰ ਹੈ, ਭਾਵੇਂ ਉਹ ਨਾਗਪੁਰ ਹੈ, ਭਾਵੇਂ ਕਿਸੇ ਵੀ ਹਿੱਸੇ ਦੇ ਵਿੱਚ, ਜੋ ਤਸ਼ੱਦਦ, ਜੋ ਨਸਲਕੁਸ਼ੀ ਦੇ ਕਾਂਡ ਵਾਪਰੇ, ਉਹਦਾ ਇਨਸਾਫ ਅੱਜ ਤੱਕ ਸਿੱਖ ਕੌਮ ਨਹੀਂ ਮਿਲ ਸਕਿਆ। ਕਦੋਂ ਮਿਲੇਗਾ ਅਜੇ ਉਹਦਾ ਕੋਈ ਪਤਾ ਨਹੀਂ ਲੱਗ ਰਿਹਾ। ਅੱਜ ਵੀ ਬੜਾ ਦੁੱਖ ਹੋਇਆ, ਇੱਕ ਖਬਰ ਪੜ੍ਹੀ ਹੈ ਅਖਬਾਰਾਂ ਦੇ ਵਿੱਚ, ਅੱਜ ਤੱਕ ਤਾਂ ਕੋਈ ਅਖਬਾਰਾਂ ਦੇ ਵਿੱਚ, ਇੰਡੀਅਨ ਐਕਸਪ੍ਰੈਸ ਵਿੱਚ ਅਖਬਾਰਾਂ 'ਚ ਖਬਰਾਂ ਛਪੀਆਂ ਕਿ ਕਾਨਪੁਰ ਦੇ ਵਿੱਚ ਇੱਕ ਪਰਿਵਾਰ ਜਿਸਦੇ ਦੋ ਜੀ ਮਾਰ ਕੇ ਪਿਓ ਪੁੱਤਰਾਂ ਨੂੰ ਅੰਦਰ ਸੁੱਟ ਕੇ ਅੱਗ ਲਗਾ ਕੇ ਜਲਾ ਦਿੱਤਾ ਗਿਆ। ਦਰਵਾਜ਼ੇ ਬੰਦ ਰਹੇ, ਜਿਹੜੇ ਕੋਈ ਉਹਨਾਂ ਦੇ ਪਰਿਵਾਰ ਦੇ ਮੈਂਬਰ ਸਨ ਉਹ ਬਾਹਰੋਂ ਬਾਹਰੋਂ ਵੇਚ ਕੇ ਚਲੇ ਗਏ, ਅਤੇ ਉਹ ਘਰ 36 ਸਾਲ 37 ਸਾਲ ਲਗਾਤਾਰ ਉਸੇ ਤਰ੍ਹਾਂ ਹੀ ਬੰਦ ਰਿਹਾ, ਕਿਸੇ ਨੇ ਖੋਲ੍ਹਿਆ ਹੀ ਨਹੀਂ। ਇੰਨੀ ਦਹਿਸ਼ਤ ਉਹਨਾਂ ਕਮਰਿਆਂ ਦੇ ਵਿੱਚ ਸੀ ਕਿ ਇੱਥੇ ਬੰਦੇ ਮਾਰ ਕੇ ਜਲਾਇਆ ਗਿਆ ਪਰਿਵਾਰ। ਅਤੇ ਅੱਜ ਜਦੋਂ ਯੋਗੀ ਸਰਕਾਰ ਨੇ ਉਹ ਸਾਰੀ ਜਾਂਚ ਕਰਨ ਵਾਸਤੇ ਕੇਸਾਂ ਦੀ ਸਿੱਟ ਜਿਹੜੀ ਬਣਾਈ ਸੀ ਦੁਬਾਰਾ, ਉਹ ਕੇਸਾਂ ਦੀ ਪੜਤਾਲ ਕਰਨ ਵਾਸਤੇ ਜਦੋਂ ਉਸ ਘਰ ਵਿੱਚ ਪਹੁੰਚੇ, ਤਾਂ ਬੜੀ ਹੈਰਾਨੀ ਹੋਈ ਹੈ ਕਿ ਅੱਜ ਵੀ ਸਾਰਾ ਕਲਬੂਤ ਜਿਹੜਾ ਸੀਗਾ ਉਹਨਾਂ ਦਾ, ਪਿਓ ਦਾ ਅਤੇ ਪੁੱਤ ਦਾ, ਜੋ ਤਾਜ ਸਿੰਘ ਅਤੇ ਉਸਦਾ ਪੁੱਤਰ ਸੀ, ਉਹਦਾ ਕਲਬੂਤ ਉਸੇ ਤਰ੍ਹਾਂ ਪਿੰਜਰ ਜਿਹੜਾ ਸੀ ਉਹ ਮਿਲਿਆ। ਫਰਾਂਸਿਕ ਵਾਲੇ ਵੀ ਗਏ, ਉਹਨਾਂ ਨੇ ਵੀ ਟੈਸਟ ਕੀਤਾ ਕਿ ਇਹ ਮਨੁੱਖ ਦਾ ਹੀ ਪਿੰਜਰ ਹੈ। ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਕਿੰਨੇ ਕੇਸ ਉਹਨਾਂ ਨੇ ਜਿਹੜੇ ਪੜਤਾਲ ਕਰਨ ਵਾਸਤੇ ਕਹੇ ਹੈ। ਮੇਰਾ ਖਿਆਲ ਹੈ ਕਿ ਉਹਨਾਂ ਦੇ ਵਿੱਚੋਂ 1500 ਟੋਟਲ ਕੇਸ ਜਿਹੜੇ ਹੈ ਉਹਨਾਂ ਨੇ ਸਿੱਟ ਨੂੰ 1251 ਕੇਸ ਜਿਹੜੇ ਹੈ ਉਹਨਾਂ ਦੀ ਪੜਤਾਲ ਕਰਨ ਵਾਸਤੇ ਕਿਹਾ। ਇਹਦਾ ਮਤਲਬ ਕਿ ਅੱਜ ਤੱਕ ਜਿਹੜੇ ਕੇਸ ਕੋਈ ਆਏ ਵੀ ਹੈ, 11 ਕੇਸ, ਉਹਨਾਂ 11 ਨੂੰ ਵੀ ਇਹਨਾਂ ਨੇ ਬਰੀ ਕਰ ਦਿੱਤਾ ਗਿਆ ਨਾ ਸਬੂਤਾਂ ਕਰਕੇ। ਹੁਣ ਇਹ ਸਰਕਾਰ ਜਿਹੜੀ ਹੈ ਸਮਝ ਨਹੀਂ ਆਉਂਦੀ, ਨਾ ਦਿੱਲੀ ਦੇ ਕੇਸਾਂ ਦੀ ਪੜਤਾਲ ਹੋ ਸਕੀ ਹੈ। ਸ਼ਰੇਆਮ ਅੱਗ ਲਗਾਈ ਗਈ, ਸ਼ਰੇਆਮ ਲੋਕਾਂ ਨੂੰ ਗਲੀਆਂ ਦੇ ਵਿੱਚ ਮਾਰਿਆ ਗਿਆ, ਸ਼ਰੇਆਮ ਦੁਨੀਆ ਨੇ ਦੌੜ ਦੌੜ ਕੇ ਫੜ ਫੜ ਕੇ ਲੋਕਾਂ ਨੂੰ ਮਾਰਿਆ, ਕੁੱਟਿਆ, ਅੱਗ ਲਗਾਈ, ਜਿਉਂਦਿਆਂ ਨੂੰ ਅੱਗ ਲਗਾ ਦਿੱਤੀ। ਅੱਜ ਸਿੱਖਾਂ ਦੇ ਫਿਰ ਦੁਬਾਰਾ ਉਹੀ ਦਰਦ ਜਿਹੜਾ ਉਹ ਸਾਹਮਣੇ ਆ ਜਾਂਦਾ, ਉਹੀ ਜਿਹੜੇ ਜ਼ਖਮ ਹੈ ਉਹ ਅੱਲੇ ਹੋ ਜਾਂਦੇ ਆ ਜਦੋਂ ਕੋਈ ਇਸ ਤਰ੍ਹਾਂ ਦੀ ਖਬਰ ਸਾਹਮਣੇ ਆਉਂਦੀ ਹੈ। ਭਾਰਤ ਸਰਕਾਰ ਦੀ ਡਿਊਟੀ ਬਣਦੀ ਹੈ ਕਿ ਇਹਨੂੰ ਬਿਲਕੁਲ ਇਮਾਨਦਾਰੀ ਦੇ ਨਾਲ, ਜੇ ਕਿਤੇ 84 ਦੇ ਹੋਏ ਉਹ ਕਾਤਲਾਨਾ ਹਮਲਾ, ਨਸਲਕੁਸ਼ੀ ਦਾ ਹਮਲਾ ਜਿਹੜਾ ਸੀਗਾ ਸਿੱਖਾਂ ਦੇ ਉੱਤੇ ਹੋਇਆ, ਉਹਨਾਂ ਨੂੰ ਜੇ ਕਿਤੇ ਇੱਕ ਵਾਰੀ ਇਮਾਨਦਾਰੀ ਦੇ ਨਾਲ ਇਨਸਾਫ ਕਰ ਦਿੱਤਾ ਜਾਵੇ, ਸ਼ਾਇਦ ਸਿੱਖਾਂ ਦੇ ਜਿਹੜੇ ਜ਼ਖਮ ਹੈ ਉਹ ਕਿਤੇ ਭਰੇ ਜਾ ਸਕਣ। ਬੜੀ ਤਕਲੀਫ ਹੈ ਕਿ ਜਿਹੜੀ ਇੰਨੇ ਲੰਬੇ ਸਮੇਂ ਤੋਂ 36-37 ਸਾਲ ਤੋਂ ਇਨਸਾਫ ਨਹੀਂ ਮਿਲ ਸਕਿਆ, ਕਦੋਂ ਮਿਲੇਗਾ? ਇਹ ਤਾਂ ਇਸ ਤਰ੍ਹਾਂ ਲੱਗਦਾ ਕਿ ਸਿੱਖਾਂ ਨੂੰ ਤਾਂ ਮਹਿਸੂਸ ਹੁੰਦਾ ਕਿ ਜਿੱਦਾਂ ਅਸੀਂ ਆਜ਼ਾਦ ਦੇਸ਼ ਵਿੱਚ ਰਹਿ ਹੀ ਨਾ ਰਹੀ ਹੋਈਏ, ਜਿੱਦਾਂ ਦੇਸ਼ ਦੇ ਵਿੱਚ ਅੱਜ ਵੀ ਸਾਡੀ ਗੁਲਾਮੀ ਵੀ ਹੈ ਅਤੇ ਅੱਜ ਵੀ ਸਾਨੂੰ ਦਬਾ ਕੇ ਰੱਖਿਆ ਜਾ ਰਿਹਾ, ਔਰ ਜੋ ਚਾਹੇ ਸਰਕਾਰ ਕਰ ਸਕਦੀ ਹੈ ਅਤੇ ਕਰਵਾ ਸਕਦੀ ਹੈ। ਸੋ ਮੈਂ ਅਪੀਲ ਕਰਦੀ ਹਾਂ ਭਾਰਤ ਸਰਕਾਰ ਦੇ ਪ੍ਰਧਾਨ ਮੰਤਰੀ ਜੀ ਨੂੰ, ਜਾਂ ਹੋਮ ਮਿਨਿਸਟਰ ਨੂੰ, ਜਾਂ ਬਾਕੀ ਸਰਕਾਰਾਂ ਨੂੰ, ਕਿ ਆਪਣੀਆਂ ਆਪਣੀਆਂ ਸਟੇਟਾਂ ਵਿੱਚ ਕਿਤੇ ਵੀ ਕੋਈ ਚੀਜ਼ ਇਸ ਤਰ੍ਹਾਂ ਦੀ ਜਿਹੜੀ ਕੇਸ ਰਹਿੰਦੇ ਹੈ ਉਹਨਾਂ ਨੂੰ ਖੋਲ੍ਹਿਆ ਜਾਵੇ, ਉਹਨਾਂ ਦੀ ਇਨਵੈਸਟੀਗੇਸ਼ਨ ਕੀਤੀ ਜਾਵੇ, ਔਰ ਉਹਨਾਂ ਲੋਕਾਂ ਨੂੰ ਇਨਸਾਫ ਦਿੱਤਾ ਜਾਵੇ ਜਿਹੜੇ ਲੋਕ ਅੱਜ ਵੀ ਇਨਸਾਫ ਤੋਂ ਵਾਂਝੇ ਹੈ, ਤਾਂ ਜੋ ਸਿੱਖਾਂ ਦੇ ਮਨ ਦੇ ਉੱਤੇ ਜਿਹੜੇ ਜ਼ਖਮ ਹੈ ਉਹ ਥੋੜ੍ਹਾ ਬਹੁਤਾ ਹੀਲ ਅਪ ਹੋ ਸਕਣ। ਮੈਂ ਬਹੁਤ ਇਹ ਦਰਦਨਾਕ ਘਟਨਾ ਸਾਹਮਣੇ ਆਈ ਹੈ, ਬੜਾ ਤਕਲੀਫ ਵੀ ਹੋਈ ਹੈ, ਅਤੇ ਇਹਦੇ ਨਾਲ ਹੀ ਸਾਰੇ ਸਿੱਖਾਂ ਦੇ ਫਿਰ ਉਹ ਅੱਲੇ ਜ਼ਖਮ ਜਿਹੜੇ ਹੈ ਉਹ ਸਾਹਮਣੇ ਆ ਜਾਂਦੇ। ਇੱਕ ਜਿਹੜੀ ਹੋਰ, ਅਫਗਾਨਿਸਤਾਨ ਦੇ ਵਿੱਚ ਹਾਲਾਤ ਬੜੇ ਨਾਜ਼ੁਕ ਬਣ ਗਏ। ਤਾਲਿਬਾਨ ਜਿਹੜੇ ਹੈ ਉਹ ਬਹੁਤ ਹੀ ਉੱਥੇ ਸਰਗਰਮ ਹੋਏ ਪਏ ਹੈ, ਔਰ ਸਿੱਖਾਂ ਦੀ ਇਸ ਵੇਲੇ ਸਿਕਿਉਰਿਟੀ ਦਾ ਕੋਈ ਨਜ਼ਰ ਨਹੀਂ ਆ ਰਿਹਾ। ਭਾਰਤ ਸਰਕਾਰ ਨੂੰ ਅਸੀਂ ਚਿੱਠੀ ਲਿਖ ਰਹੇ ਹਾਂ ਕਿ ਉਹ ਆਪ ਦਖਲ ਦੇ ਕੇ ਸਿੱਖਾਂ ਦੀ ਹਿਫਾਜ਼ਤ ਕਰਨ ਵਾਸਤੇ ਉਸ ਸਰਕਾਰ ਨੂੰ ਮਜਬੂਰ ਕਰਨ, ਔਰ ਉਹਨਾਂ ਕੋਲ ਗਰੰਟੀ ਲੈਣ, ਉਹਨਾਂ ਕੋਲੋਂ ਇਹ ਸਾਧੀ ਲੈਣ ਕਿ ਉਹ ਇਹਨਾਂ ਦਾ ਕੋਈ ਨੁਕਸਾਨ ਨਹੀਂ ਹੋਣ ਦੇਣਗੇ। ਕਿਤੇ ਖੁਦਾ ਨਾ ਖਾਸਤਾ ਜੇ ਉਹਨਾਂ ਦੀ ਕੋਈ ਨੁਕਸਾਨ ਦੀ ਘੜੀ ਆਉਂਦੀ ਹੈ
ਤਾਂ ਇਹ ਸਾਡੇ ਵਾਸਤੇ ਇੱਕ ਬਹੁਤ ਹੀ ਦਰਦਨਾਕ ਕੜੀ ਹੋਏਗੀ। ਮੈਂ ਭਾਰਤ ਸਰਕਾਰ ਨੂੰ ਬੇਨਤੀ ਕਰਦੀ ਹਾਂ ਕਿ ਅਫਗਾਨਿਸਤਾਨ ਸਰਕਾਰ ਦੇ ਨਾਲ ਰਾਬਤਾ ਕਾਇਮ ਕਰਨ, ਜੇ ਕਿਤੇ ਉਹਨਾਂ ਨੂੰ ਲੱਗਦਾ ਹੋਵੇ ਕਿ ਉਹਨਾਂ ਦੀ ਉੱਥੇ ਸੁਰੱਖਿਅਤ ਉਹ ਸੁਰੱਖਿਆ ਮਹਿਫੂਜ਼ ਨਹੀਂ ਜਾਂ ਉਹਨਾਂ ਦੀ ਸੁਰੱਖਿਆ ਨੂੰ ਕੋਈ ਖਤਰਾ ਹੈ ਤਾਂ ਉੱਥੇ ਹੀ ਨਾ ਨੁਕਸਾਨ ਹੋ ਜਾਵੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੁੱਖ ਸੇਵਾਦਾਰ ਹੋਣ ਦੇ ਨਾਤੇ ਅਸੀਂ ਸਾਰੇ ਮੈਂਬਰ ਸਾਹਿਬਾਨਾਂ ਨੇ ਸਲਾਹ ਕੀਤੀ ਹੈ ਕਿ ਜੇ ਕੋਈ ਇਸ ਤਰ੍ਹਾਂ ਦਾ ਹਾਲਾਤ ਆਉਂਦੇ ਹੈ ਕਿ ਉਹਨਾਂ ਦੀ ਜਾਨ ਮਾਲ ਨੂੰ ਖਤਰਾ ਪੈਦਾ ਹੁੰਦਾ ਤਾਂ ਮੈਂ ਬੇਨਤੀ ਕਰਾਂਗੀ ਪ੍ਰਧਾਨ ਮੰਤਰੀ ਜੀ ਨੂੰ ਕਿ ਤੁਰੰਤ ਉਹਨਾਂ ਨੂੰ ਆਪਣੇ ਦੇਸ਼ ਵਿੱਚ ਬੁਲਾ ਲਿਆ ਜਾਵੇ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੇ ਲੈਵਲ ਦੇ ਉੱਤੇ ਉਹਨਾਂ ਦੀ ਸਾਰੀ ਹਿਫਾਜ਼ਤ ਕਰਨ ਵਾਸਤੇ ਵੀ ਉਹਨਾਂ ਦੇ ਰਹਿਣ ਸਹਿਣ ਦਾ ਵੀ ਅਤੇ ਉਹਨਾਂ ਨੂੰ ਪੈਰਾਂ 'ਤੇ ਖੜ੍ਹੇ ਕਰਨ ਵਾਸਤੇ ਵੀ ਅਤੇ ਉਹਨਾਂ ਦੀ ਸਾਰੀ ਜਿਹੜੀ ਹੈ ਪਰਵਰਿਸ਼ ਹੈ ਉਹਨਾਂ ਦੀ ਜਿਹੜਾ ਖਰਚਾ ਹੈ ਜੋ ਉਹਨਾਂ ਦੀ ਲੋੜ ਹੋਵੇਗੀ ਉਹ ਅਸੀਂ ਆਪ ਸਹਿਣ ਨੂੰ ਤਿਆਰ ਹੈ ਅਤੇ ਪ੍ਰਧਾਨ ਮੰਤਰੀ ਜੀ ਨੂੰ ਮੇਰੀ ਬੇਨਤੀ ਹੈ ਕਿ ਕਿਤੇ ਨੁਕਸਾਨ ਨਾ ਹੋ ਜਾਵੇ ਇਸ ਗੱਲ ਦਾ ਜ਼ਰੂਰ ਧਿਆਨ ਰੱਖਣ ਅਤੇ ਪੂਰੀ ਇਹ ਜਿਹੜੀ ਹੈ ਇਹਨੂੰ ਸ਼ਿੱਦਤ ਨਾਲ ਲੈਣ ਔਰ ਬੜਾ ਇਹ ਸੁਚੇਤ ਹੋਣ ਦੀ ਲੋੜ ਹੈ ਇਸ ਵੇਲੇ ਕਿਤੇ ਸਾਡੇ ਸਿੱਖ ਭਰਾਵਾਂ ਦਾ ਉੱਥੇ ਨੁਕਸਾਨ ਨਾ ਹੋ ਜਾਵੇ।